ਗੱਲਬਾਤ ਕਰਾਉਂਦੇ ਹਾਂ ਮੈਡਮ ਕਰਨਜੀਤ ਕੌਰ ਦੇ ਨਾਲ, ਜੋ ਕਿ ਇਸੇ ਸਕੂਲ ਦੇ ਪ੍ਰਿੰਸੀਪਲ ਨੇ। ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੀਗਾ, ਬਹੁਤ ਵਧੀਆ ਜੋ ਦੇਖ ਰੇਖ ਕਰ ਰਹੇ ਨੇ ਅੱਜ ਬੱਚੇ, ਤਕਰੀਬਨ 98% ਲੈ ਕੇ ਨੰਬਰ ਪਾਸ ਹੋ ਰਹੇ ਨੇ, ਬਹੁਤ ਵਧੀਆ ਇਹਨਾਂ ਦਾ ਜੋ ਕਿ ਆ ਰਿਹਾ ਰਿਜ਼ਲਟ ਆ ਰਿਹਾ, ਬਹੁਤ ਚੰਗਾ ਰਿਜ਼ਲਟ ਆ ਰਿਹਾ। ਹਾਂਜੀ, ਤੁਹਾਡੀ ਮੈਡਮ ਨਾਲ ਗੱਲ ਕਰਾਉਂਦੇ। ਹਾਂਜੀ ਮੈਡਮ, ਕੀ ਕਹਿਣਾ ਚਾਹੁੰਦੇ ਜੀ? ਪਹਿਲਾਂ ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਮਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਟਾਰੀ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੀ ਹਾਂ। ਹੁਣ ਤੱਕ ਸਾਡਾ 10ਵੀਂ ਜਮਾਤ ਦਾ ਰਿਜ਼ਲਟ ਆਇਆ ਇਸ ਪਰ, ਅਤੇ ਜੋ ਫਸਟ ਬੱਚਾ ਆਇਆ ਉਹਦੇ ਅਬਵ 90-91 ਮਾਰਕਸ ਆਏ ਹੈ। ਸੈਕਿੰਡ ਅਤੇ ਥਰਡ ਹੈ ਜਿਹੜੇ ਉਹ 80 ਵਾਲੀ ਲਾਈਨਸ ਨੇ, ਅਤੇ ਅਸੀਂ ਐਕਸਪੈਕਟ ਕਰਦੇ ਹਾਂ ਅਤੇ 8th ਅਤੇ 12th ਦਾ ਰਿਜ਼ਲਟ ਜੋ ਕਿ ਅੱਜ ਸ਼ਾਮ 4 ਵਜੇ ਡਿਕਲੇਅਰ ਹੋਣਾ ਹੈ, ਉਹਦੇ 'ਚ ਵੀ ਅੱਛੇ ਮਾਰਕਸ ਆਉਣਗੇ। ਇਸ ਤੋਂ ਬਿਨਾਂ ਸਕੂਲ ਦੇ ਦੋ ਬੱਚੇ ਜਗਜੋਤ ਸਿੰਘ ਅਤੇ ਦਾਮਿਨੀ, ਉਹ ਮੈਰੀਟੋਰੀਅਸ ਸਕੂਲ ਦਾ ਐਂਟਰੈਂਸ ਟੈਸਟ ਉਹਨਾਂ ਨੇ ਕਲੀਅਰ ਕੀਤਾ ਅਤੇ ਉਹਨਾਂ ਨੂੰ ਮੈਰੀਟੋਰੀਅਸ 'ਚ ਹੁਣ ਅੱਗੇ ਮਿਲੇਗੀ। ਮੈਂ ਇਸ ਪਿੰਡ ਦਾ ਜੰਮਪਲ, ਇੱਥੇ ਪ੍ਰਾਇਮਰੀ ਸਕੂਲ ਤੱਕ ਪੜ੍ਹਿਆ, ਅੱਗੇ ਹਾਈ ਸਕੂਲ ਕਰਮਸਰ ਰਾੜਾ ਸਾਹਿਬ ਜੋ ਹੁਣ ਕਾਲਜ ਬਣ ਗਿਆ ਉੱਥੋਂ ਪੜ੍ਹਿਆ। ਉਸ ਤੋਂ ਬਾਅਦ ਮੈਂ ਕਲਕੱਤੇ ਗਿਆ, ਕਲਕੱਤੇ ਤੋਂ ਬਾਅਦ ਫਿਰ ਮੁੜ ਕੇ ਇੱਥੇ ਆਇਆ। ਮੇਰਾ ਪਿੰਡ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੈ, ਕਿਉਂਕਿ ਜਿਸ ਭੌਂ 'ਤੇ ਅਸੀਂ ਜੰਮੇ ਪਲੇ ਹੋਈਏ, ਕੁਦਰਤੀ ਹੈ ਕਿ ਉਸਦਾ ਮੋਹ ਆਉਂਦਾ ਹੈ। ਇਸ ਦੇ ਨਾਲ ਹੀ ਮੇਰੀ ਇੱਕ ਧਾਰਨਾ ਹੈ ਕਿ ਵਧੀਆ ਸਮਾਜ ਸਿਰਜਣ ਦੇ ਲਈ ਉਸਦੀ ਬੁਨਿਆਦ ਜਿਹੜੀ ਹੈ ਪੱਕੀ ਹੋਣੀ ਚਾਹੀਦੀ ਹੈ। ਵਿਦਿਆਰਥੀ, ਛੋਟੇ ਵਿਦਿਆਰਥੀ ਜਿਹੜੇ ਅਸੀਂ ਸਕੂਲਾਂ ਤੋਂ ਹੈਗੇ ਲੈਂਦੇ ਹਾਂ, ਉਹ ਸਾਡੇ ਸਮਾਜ ਦੀ ਬੁਨਿਆਦ ਨੇ। ਇਸ ਕਰਕੇ ਮੈਂ ਸਭ ਤੋਂ ਵੱਧ ਧਿਆਨ ਬੱਚਿਆਂ ਵੱਲ ਦਿੰਦਾ,